ਸੰਗਰੂਰ ਦੇ ਵਿੱਚ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦੇਣ ਜਾ ਰਹੇ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਸੁਨਾਮ ਦੇ ਵਿੱਚ ਹੀ ਨਾਕਾ ਲਗਾ ਕੇ ਰੋਕ ਲਿਆ। ਫਿਰ ਕਿਸੇ ਗੁੱਸਾਏ ਕਿਸਾਨਾਂ ਦੇ ਵੱਲੋਂ ਉੱਥੇ ਹੀ ਧਰਨਾ ਵਿੱਢ ਦਿੱਤਾ ਗਿਆ। ਪੰਜਾਬ ਦੀ ਮਾਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮੁੜ ਅੱਗੇ ਵਧਣ ਤੋਂ ਰੋਕਿਆ ਤਾਂ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਹੋਰ ਤਿੱਖਾ ਹੋਵੇਗਾ। ਅਸੀਂ ਅੱਜ ਸੰਗਰੂਰ ਨੂੰ ਚਾਲੇ ਪਾਉਣ ਲੱਗੇ ਸੀਗੇ ਤੇ ਸਾਨੂੰ ਅੱਗੇ ਜਿਹੜੀ ਚੌਕੀ ਉੱਥੇ ਇਕਦਮ ਇਹਨਾਂ ਨੇ ਜਾਣ ਲੱਗਿਆਂ ਨੂੰ ਰੋਕ ਲਿਆ। ਉਹ ਤੋਂ ਬਾਅਦ ਮੀਂਹ ਆਇਆ ਤੇ ਅਸੀਂ ਮੀਂਹ ਨੂੰ ਦੇਖਦੇ ਹੋਏ ਅਸੀਂ ਜਾਣਾ ਅੱਗੇ ਸੰਗਰੂਰ ਨੂੰ ਜਾਣਾ ਸੀ, ਪਰ ਉੱਥੇ ਜਦੋਂ ਰੋਕਿਆ ਫਿਰ ਅਸੀਂ ਨੇ ਅਜੇ ਮੀਂਹ ਤੋਂ ਬਚਣ ਲਈ ਅਸੀਂ ਆਹ ਥੋੜਾ ਅੱਧਾ ਕਿਲੋਮੀਟਰ ਪਿੱਛੇ ਆ ਗਿਆ ਸੀਗਾ। ਫਿਰ ਅਸੀਂ ਜੇ ਨਹੀਂ ਆਣ ਦਿੰਦੇ ਅਸੀਂ ਇੱਥੇ ਬਹਿੰਦੇ ਹਾਂ, ਇਸ ਕਰਕੇ ਅਸੀਂ ਇੱਥੇ ਬੈਠੇ ਹਾਂ। ਰੋਡ ਬੰਦ ਕਰਨ ਦੀ ਸੀ ਵੀ ਸਾਨੂੰ ਸੰਗਰੂਰ ਜਾਣ ਦਿੱਤਾ ਜਾਵੇ, ਨਹੀਂ ਅਸੀਂ ਇੱਥੇ ਬੈਠੇ ਹਾਂ। ਹਾਂਜੀ, ਸੰਗਰੂਰ ਜਿਹੜਾ ਆਪਣਾ ਅੱਜ ਸਾਡਾ ਬੀਕੇ ਜੀ ਇੱਕ ਤਾਂ ਸਿੱਧੂਪੁਰ ਅਤੇ ਵੱਖ ਵੱਖ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੋਇਆ ਸੀ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਦੇ ਦਰ ਤੇ ਜਿਹੜਾ ਆਪਾਂ ਧਰਨਾ ਲਾਉਣਾ ਵੀ ਸਾਡੇ ਆਗੂਆਂ ਨੂੰ ਜਿਹੜਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਹੋਈ ਹੈ ਵੀ ਅਸੀਂ ਤੁਹਾਨੂੰ ਬੇਸ਼ੱਕ ਰਿਹਾ ਕਰਾਂਗੇ, ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਆਪਣਾ ਇਹ ਧਰਨਾ ਸੀ। ਅਸੀਂ ਜਦੋਂ ਸਾਨੂੰ ਅੱਗੇ ਨੂੰ ਤੁਰ ਦੇਣ ਅਸੀਂ ਹੁਣ ਐਲਾਨ ਕਰਨ ਲੱਗੇ ਅਸੀਂ ਅੱਗੇ ਨੂੰ ਤੁਰਨਾ, ਮੌਸਮ ਸਾਫ਼ ਹੋ ਗਿਆ ਤੇ ਜੇ ਦੁਬਾਰਾ ਫੇਰ ਰੁਕਣਗੇ ਫੇਰ ਅਸੀਂ ਉੱਥੇ ਬੈਠਾਂਗੇ। ਸਰ ਇੱਥੇ ਇੱਕ ਨਾ ਹੇਡੋ ਕੋਲ ਚੌਂਕੀ ਆ, ਇੱਥੇ ਨਾਕਾ ਲਾਇਆ ਹੋਇਆ ਸੀ ਤੇ ਸਾਡੇ ਕਿਸਾਨ ਫਤਿਹਗੜ੍ਹ ਸਾਹਿਬ ਤੋਂ ਇੱਧਰੋਂ ਜਾ ਰਹੇ ਸੀਗੇ, ਜਦੋਂ ਇੱਧਰੋਂ ਜਾ ਰਹੇ ਸੀ ਉਹਨੂੰ ਰੋਕਿਆ ਗਿਆ, ਰੋਕਣ ਦੇ ਅਸੀਂ ਰੋਡ ਬੰਦ ਕਰਿਆ। ਰੋਡ ਬੰਦ ਕਰਨ ਦੇ ਅਸੀਂ ਸਾਡਾ ਮੈਜੋਰਟੀ ਇਕੱਠੀ ਕੀਤੀ, ਸਾਡੀ ਕੈਡਰ ਇਕੱਠਾ ਹੋਇਆ, ਤਾਂ ਉਸ ਤੋਂ ਬਾਅਦ ਮੀਂਹ ਆ ਗਿਆ, ਮੀਂਹ ਆਉਣ ਕਰਕੇ ਅਸੀਂ ਪੁਲ ਦੇ ਥੱਲੇ ਆ ਕੇ ਮਤਲਬ ਰੋਡ ਬੰਦ ਕਰ ਲਿਆ। ਤੇ ਹੁਣ ਅਸੀਂ ਫੇਰ ਸਾਨੂੰ ਉੱਪਰੋਂ ਕਾਲ ਆਈ ਹੈ ਵੀ ਕਿੱਥੇ ਕਾ ਗਿਆ ਸੀ, ਜੇ ਹੁਣ ਇੱਕ ਵਾਰ ਚਾਲੇ ਪਾਵਾਂਗੇ ਜੇ ਸਾਨੂੰ ਰੋਕਿਆ ਗਿਆ ਫਿਰ ਉਸ ਤਰੀਕੇ ਨਾਲ ਅਸੀਂ ਨਜਿੱਠਾਂਗੇ। ਜਾ ਕਿੱਥੇ ਰਹੇ ਸੀ? ਇਹ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਸੀਗੇ ਜੀ, ਉੱਥੇ ਜਾ ਰਹੇ ਸੀ ਜਿਹੜੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਅੱਜ ਉੱਥੇ ਪ੍ਰੋਗਰਾਮ ਦਿੱਤਾ ਗਿਆ ਸੀ ਜਥੇਬੰਦੀਆਂ ਵੱਲੋਂ, ਉਹਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਸੀ।